ਪਿਛਲੇ ਕੁਛ ਵੀਡੀਓਜ਼ ਦੇ ਵਿੱਚ ਅਸੀਂ ਇਹ ਜਾਣ ਚੁੱਕੇ ਹਾਂ ਕਿ ਸਰਵ ਧਰਮ ਹੈ ਸ੍ਰੇਸ਼ਟ ਧਰਮ ਉਹ ਹੈ ਜਿਹਦੇ ਵਿੱਚ ਨਾਮ ਜਪਿਆ ਜਾਂਦਾ ਅਤੇ ਨਿਰਮਲ ਕਰਮ ਕੀਤੇ ਜਾਂਦੇ ਨੇ। ਹੁਣ ਨਾਮ ਦੀ ਜਿਹੜੀ ਡੈਫੀਨੇਸ਼ਨ ਹੈ, ਨਾਮ ਦੀ ਵਿਆਖਿਆ ਹੈ, ਉਹ ਮੂਲ ਮੰਤਰ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਕਿ ਉਹ ਜਿਹੜੇ 12 ਗੁਣ ਨੇ ਏਕੇ ਦੇ, ਉਹ ਇੱਕ ਨਾਮ ਹੈ ਅਤੇ ਉਹ ਨਾ ਬਾਕੀ 11 ਵੀ ਨਾਮ ਦੇ ਹੀ ਪ੍ਰੋਪਰਟੀਜ਼ ਨੇ, ਉਹਦੇ ਹੀ ਸਿਧਾਂਤ ਨੇ। ਹੁਣ ਕਹਿੰਦੇ ਜਿਹੜਾ ਏਕਾ ਆ ਉਹ ਨਾਮ ਹੈ, ਉਹ ਕਦੋਂ ਤੋਂ ਹੈ, ਕਿੱਥੋਂ ਤੋਂ ਹੈ। ਕਈ ਧਰਮਾਂ ਦੇ ਵਿੱਚ, ਕਈ ਮਨੌਤਾਂ ਦੇ ਵਿੱਚ ਅਸੀਂ ਇਹਨੂੰ ਪਾਸ ਔਨ ਕਰ ਦਿੰਦੇ ਹਾਂ, ਇਹ ਜੀ ਇੱਥੇ ਹੀ ਆਇਆ ਆ, ਇਹ ਸਾਡੇ ਹੀ ਪੈਗੰਬਰ ਦੇ ਕੋਲ ਆਇਆ, ਇਹ ਗਾਂਹ ਹੋਰ ਜਾ ਨਹੀਂ ਸਕਦਾ, ਇਹ ਤੋਂ ਪਹਿਲਾਂ ਵੀ ਨਹੀਂ ਸੀ, ਗਾਂਹ ਵੀ ਨਹੀਂ ਹੋਏਗਾ, ਅਸੀਂ ਲੌਕ ਕਰ ਦਿੰਦੇ, ਬੰਨ੍ਹ ਕੇ ਰੱਖ ਦਿੰਦੇ ਹਾਂ ਉਹਨੂੰ। ਅਤੇ ਗੁਰਮਤਿ ਕੀ ਕਹਿੰਦੀ ਹੈ, ਗੁਰਬਾਣੀ ਕੀ ਕਹਿੰਦੀ ਹੈ ਕਿ ਕੀ ਤੁਸੀਂ ਅਕਾਲ ਪੁਰਖ ਨੂੰ ਬੰਨ ਸਕਦੇ ਹੋ। ਸਾਇੰਸ ਕੀ ਕਰ ਰਹੀ ਹੈ, ਗੋਡ ਪਾਰਟੀਕਲ ਲੱਭ ਲਿਆ ਕਹਿੰਦੇ ਅਸੀਂ, ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਨਿਊਟਰਨ, ਪ੍ਰੋਟੋਨ ਅਤੇ ਇਲੈਕਟ੍ਰੋਨ ਨੂੰ ਪਿੱਛੋਂ ਐਨਰਜੀ ਕੌਣ ਦੇ ਰਿਹਾ, ਹਿਗ ਬੋਸਨ, ਗੋਡ ਪਾਰਟੀਕਲ, ਉਹ ਅਸੀਂ ਲੱਭ ਲਿਆ, ਕੋਸ਼ਿਸ਼ ਕਰ ਰਹੀ ਹੈ। ਪਰ ਗੁਰਬਾਣੀ ਕਹਿੰਦੀ ਹੈ ਕਿ ਨਾ ਤੂੰ ਆਵੇਂ ਬਸ, ਬਹੁਤ ਘਨਾਵੇਂ, ਤੂੰ ਨਹੀਂ ਕਹਿੰਦੇ ਬਸ ਆ ਸਕਦਾ ਕਿਤੇ। ਪਰ ਅਖੀਰ 'ਚ ਇਹ ਵੀ ਕਹਿ ਦਿੰਦੇ ਨੇ ਕਿ ਤੂੰ ਭਗਤਾਂ ਕੇ ਬਸ, ਭਗਤਾਂ ਤਾਣ ਤੇਰਾ, ਤੂੰ ਸਿਰਫ ਆਪਣੇ ਭਗਤਾਂ ਦੇ ਅੰਦਰ ਹੀ ਪ੍ਰਗਟ ਹੁੰਦਾ ਹੈ। ਹੁਣ ਇਸ ਸਿਧਾਂਤ ਨੂੰ ਜਪਜੀ ਸਾਹਿਬ ਦੇ ਪਹਿਲੇ ਹੀ ਸ਼ਲੋਕ ਕਹਿ ਰਹੇ ਨੇ ਕਿ ਇਹ ਜਿਹੜਾ ਸਿਧਾਂਤ ਹੈ ਨਾ, ਏਕੇ ਦਾ, ਨਾਮ ਦਾ, ਨਿਰੰਕਾਰ ਦਾ, ਅਕਾਲ ਪੁਰਖ ਦਾ, ਇਹ ਆਦਿ ਸੱਚ, ਆਦਿ ਤੋਂ ਸੱਚ ਹੈ, ਜੁਗਾਦ ਤੋਂ ਵੀ ਸੱਚ ਹੈ, ਜਦੋਂ ਟਾਈਮ ਸ਼ੁਰੂ ਹੋਇਆ, ਯੁੱਗ ਸ਼ੁਰੂ ਹੋਏ ਉਦੋਂ ਤੋਂ ਵੀ ਸੱਚ ਹੈ, ਹੈ ਵੀ ਸੱਚ, ਹੁਣ ਵੀ ਸੱਚ ਹੈ, ਪ੍ਰੈਜੈਂਟ 'ਚ ਅਤੇ ਫਿਊਚਰ 'ਚ ਵੀ ਸੱਚ ਰਹੇਗਾ, ਹੋਸੀ ਵੀ ਸੱਚ। ਫਿਰ ਉਹ ਜਿਹੜੀ ਸ਼ਕਤੀ ਹੈ, ਉਹ ਜਿਹੜੀ ਮਹਾਂਸ਼ਕਤੀ ਹੈ, ਨਾਮ ਹੈ, ਕੀ ਅਸੀਂ ਉਹਨੂੰ ਬੰਨ੍ਹ ਕੇ ਰੱਖ ਸਕਦੇ ਹਾਂ, ਕੀ ਅਸੀਂ ਉਹਨੂੰ ਕ੍ਰੀਏਟ ਕਰ ਸਕਦੇ ਹਾਂ, ਜਿਸ ਤਰ੍ਹਾਂ ਸਾਇੰਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜਿੱਥੋਂ ਅਸੀਮ ਸ਼ਕਤੀ ਆ ਰਹੀ ਹੈ, ਪਾਵਰ ਦੇ ਰਿਹਾ ਜਿਹੜੇ ਸਾਰੇ ਐਟਮਸ ਨੂੰ, ਕੀ ਅਸੀਂ ਉਹਨੂੰ ਬੰਨ੍ਹ ਸਕਦੇ ਹਾਂ, ਉਹਨੂੰ ਕ੍ਰੀਏਟ ਕਰ ਸਕਦੇ ਹਾਂ। ਗੁਰੂ ਸਾਹਿਬ ਕਹਿੰਦੇ ਨਹੀਂ, ਜਿਹੜਾ ਨਾਮ ਹੈ ਨਾ ਅਸਲ ਦੇ ਵਿੱਚ ਥਾਪਿਆ ਨਾ ਜਾਏ, ਅਤੇ ਤੁਸੀਂ ਉਹਨੂੰ ਥਾਪ ਨਹੀਂ ਸਕਦੇ, ਤੁਸੀਂ ਉਹਨੂੰ ਅਸਟੈਬਲਿਸ਼ ਨਹੀਂ ਕਰ ਸਕਦੇ, ਕੀਤਾ ਨਾ ਹੋਏ ਤੁਸੀਂ ਉਹਨੂੰ ਕ੍ਰੀਏਟ ਨਹੀਂ ਕਰ ਸਕਦੇ, ਮਿਕਸ ਫਾਰਮੂਲੇ ਬਣਾ ਕੇ ਇਹ ਚਾਰ ਚੀਜ਼ਾਂ, ਉਹ ਚਾਰ ਚੀਜ਼ਾਂ, ਰੈਸਪੀ ਹੈ ਨਹੀਂ ਉਹਦੀ ਕੋਈ, ਤੁਸੀਂ ਉਹਨੂੰ ਕਰ ਨਹੀਂ ਸਕਦੇ, ਫਿਰ ਉਹ ਕਿੱਦਾਂ ਹੁੰਦਾ ਹੈ, ਹੋ ਜਾਂਦਾ ਭਗਤਾਂ ਦੇ ਵੱਸ ਕਿੱਦਾਂ ਹੁੰਦਾ, ਫਿਰ ਉਹ ਭਗਤਾਂ ਨੂੰ ਉਹਦਾ ਤਾਣ ਕਿੱਦਾਂ ਹੈ, ਕਹਿੰਦੇ ਆਪੇ ਆਪ ਨਿਰੰਜਨ ਸੋਏ। ਉਹ ਨਿਰੰਜਨ ਜਿਹੜਾ ਹੈ ਨਾ ਅਕਾਲ ਪੁਰਖ, ਉਹ ਆਪਣੀ ਮਰਜ਼ੀ ਨਾਲ ਪ੍ਰਗਟ ਹੁੰਦਾ ਜਿੱਥੇ ਹੁੰਦਾ, ਉਹ ਆਪਣੇ ਬਣਾਏ ਬ੍ਰਹਿਮੰਡ ਦੇ ਵਿੱਚ ਕਿਸੇ ਵੇਲੇ ਵੀ ਕਿਸੇ ਵੀ ਰੂਪ ਦੇ ਵਿੱਚ ਪ੍ਰਗਟ ਹੋ ਸਕਦਾ, ਕਿਸੇ ਵੀ ਜੀਵ ਦੇ ਅੰਦਰ, ਕਿਸੇ ਵੀ ਵਸਤੂ ਦੇ ਅੰਦਰ ਉਹ ਪ੍ਰਗਟ ਹੋ ਸਕਦਾ, ਇਹ ਉਹਦੀ ਮਰਜ਼ੀ ਹੈ, ਅਸੀਂ ਇਹ ਬੰਨ੍ਹ ਨਹੀਂ ਸਕਦੇ ਕਿ ਉਹਨੇ ਕਿੱਥੇ ਹੋਣਾ ਕਿੱਥੇ ਨਹੀਂ ਹੋਣਾ, ਅਸੀਂ ਨਹੀਂ ਇਹ ਡਿਫਾਈਨ ਕਰ ਸਕਦੇ। ਸੋ ਉਹ ਆਦਿ ਤੋਂ ਵੀ ਸੱਚ ਹੈ ਇਹ ਸਿਧਾਂਤ, ਅਤੇ ਫਿਊਚਰ 'ਚ ਵੀ ਇਹੀ ਰਹਿਣਾ ਹੈ। ਇਹਦਾ ਮਤਲਬ ਇਹ ਨਹੀਂ ਕਿ ਇੱਕ ਪੈਗੰਬਰ ਆਏ ਤਾਂ ਗਾਂਹ ਹੋਰ ਆਉਣੇ ਨਹੀਂ, ਭਗਤ ਕਦੇ ਹੋਏ ਨਹੀਂ, ਭਗਤ ਹਮੇਸ਼ਾ ਹੀ ਰਹਿੰਦੇ ਨੇ, ਯੁੱਗ ਯੁੱਗ ਭਗਤ ਉਪਾਇਨ ਦਾ ਪੈਜ ਰੱਖਦਾ ਆਇਆ ਰਾਮ ਰਾਜੇ। ਇਸ ਸਿਧਾਂਤ ਨੂੰ ਕਿ ਉਹ ਕਿਸੇ ਵੀ ਜੀਵ ਦੇ ਅੰਦਰ, ਵਸਤੂ ਦੇ ਅੰਦਰ ਪ੍ਰਗਟ ਹੋ ਸਕਦਾ, ਦ੍ਰਿਸ਼ਟਾਂਤ ਦੇ ਸਕਦਾ, ਆਪਣੇ ਆਪ ਨੂੰ ਮੈਨੀਫੈਸਟ ਕਰ ਸਕਦਾ ਆ। ਭਗਤ ਪ੍ਰਹਲਾਦ ਜੀ ਨੂੰ ਕੀੜੀ ਦੇ ਰੂਪ ਦੇ ਵਿੱਚ ਦ੍ਰਿਸ਼ਟਾਂਤ ਮਿਲਿਆ, ਪ੍ਰੇਰਣਾ ਮਿਲੀ ਕੀੜੀ ਤੋਂ। ਭਗਤ ਨਾਮਦੇਵ ਜੀ ਨੂੰ ਉਸ ਚੰਡਾਲ ਹਾਥੀ ਨੂੰ ਦੇਖ ਕੇ ਪਰਮਾਤਮਾ ਦੀ ਮੂਰਤ ਦਿਖਾਈ ਦੇ ਰਹੀ ਹੈ ਕਿ ਇਹ ਵੀ ਉਹਦਾ ਰੂਪ ਹੈ। ਭਗਤ ਧੰਨਾ ਜੀ ਨੂੰ ਮੰਨ ਲੈਂਦੇ ਹਾਂ, ਵੈਸੇ ਗੁਰਮਤਿ ਇਹ ਕਹਿ ਨਹੀਂ ਰਹੀ ਕਿ ਪੱਥਰ ਦੇ ਵਿੱਚੋਂ ਪ੍ਰਾਪਤ ਹੋਇਆ, ਪਰ
ਪੱਥਰ ਦੇ ਵਿੱਚ ਵੀ ਉਹਦਾ ਹੀ ਰੂਪ ਦਿਖਾਈ ਦਿੱਤਾ। ਜੇ ਆਪਾਂ ਮੰਨ ਵੀ ਲਈਏ ਤਾਂ ਕਿਹੜੀ ਮਾੜੀ ਗੱਲ ਹੈ, ਅਕਾਲ ਪੁਰਖ ਦਾ ਹੀ ਰੂਪ ਦਿਖਾਈ ਦਿੱਤਾ ਨਾ ਭਗਤ ਧੰਨਾ ਜੀ ਨੂੰ। ਸੋ ਅਨੇਕਾਂ ਇਹੋ ਜਿਹੀਆਂ ਉਦਾਹਰਨਾਂ ਮਿਲ ਜਾਣਗੀਆਂ ਕਿ ਜਿੱਥੇ ਕਿਸੇ ਵੀ ਰੂਪ ਦੇ ਵਿੱਚ ਅਕਾਲ ਪੁਰਖ ਮੈਨੀਫੈਸਟ ਹੋ ਸਕਦਾ ਹੈ। ਹਾਥੀਆਂ ਦੇ ਰਾਜੇ ਨੂੰ ਗਜ ਹਸਤੀ ਕੇ ਪ੍ਰਾਣ ਉਧਾਰੀ ਲਏ, ਉਹਨੂੰ ਵੀ ਦਰਸ਼ਨ ਦਿੱਤੇ। ਇਕੱਲੇ ਬੰਦਿਆਂ ਦੀ ਪਾਰ ਉਤਾਰੇ ਨਹੀਂ ਕੀਤੀ, ਮਨੁੱਖਾਂ ਦੀ, ਜਾਨਵਰਾਂ ਨੂੰ ਵੀ ਤਾਰਿਆ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਉਹ 'ਚ ਬਹੁਤ ਕਪੈਸਿਟੀ ਆ। ਅਸੀਂ ਉਹਨੂੰ ਬੰਨਣਾ ਜਿਹੜਾ ਆ, ਜਾਂ ਉਹਨੂੰ ਇੱਕ ਰੂਪ ਦੇ ਵਿੱਚ ਲੈ ਕੇ ਆ ਜਾਣਾ, ਜਾਂ ਕਹਿਣਾ ਵੀ ਨਹੀਂ ਜੀ ਇਹ ਸਾਡੇ ਵੀਰ ਪੈਗੰਬਰਾਂ ਗੁਰੂਆਂ ਦੇ ਵਿੱਚ ਆਇਆ, ਹੋਰ ਕਿਤੇ ਆ ਹੀ ਨਹੀਂ ਸਕਦਾ। ਇਹ ਸਰਾਸਰ ਮਨਮਤ ਹੈ, ਗੁਰਮਤ ਦੇ ਬਿਲਕੁਲ ਇਹ ਅਨੁਕੂਲ ਨਹੀਂ ਹੈ। ਸੋ ਗੁਰਬਾਣੀ ਸਿਧਾਂਤ ਇਹ ਕਹਿੰਦੀ ਆ ਕਿ ਆਪੇ ਆਪ ਨਿਰੰਜਨ ਸੋਏ।